ਅਸੀਂ ਮੈਂ ਮੁੱਖ ਖੇਤੀਬਾੜੀ ਅਫਸਰ ਕਿਰਪਾਲ ਸਿੰਘ ਢਿੱਲੋਂ ਜ਼ਿਲ੍ਹਾ ਗੁਰਦਾਸਪੁਰ ਬੋਲ ਰਿਹਾ ਹਾਂ। ਅਸੀਂ ਵੇਖੋ ਜੀ, ਕਿਸਾਨਾਂ ਨੂੰ ਬੜੇ ਜ਼ੋਰ ਦੇ ਨਾਲ ਕੈਂਪਾਂ ਦੇ ਰਾਹੀਂ ਜ਼ਿਲ੍ਹੇ ਲੈਵਲ ਦੇ, ਬਲਾਕ ਪੱਧਰ ਦੇ, ਪਿੰਡ ਪੱਧਰ ਦੇ ਕੈਂਪ ਲਾ ਕੇ ਕਿਸਾਨਾਂ ਨੂੰ ਇਹ ਵਾਰ ਵਾਰ ਅਪੀਲ ਕਰਦੇ ਹਾਂ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਾਓ, ਕਿਉਂਕਿ ਇਹਦੇ ਅੱਗ ਲਾਉਣ ਦੇ ਨਾਲ ਬਹੁਤ ਨੁਕਸਾਨ ਹੁੰਦਾ। ਸਭ ਤੋਂ ਵੱਡਾ ਨੁਕਸਾਨ ਤਾਂ ਜਾਨੀ ਵੀ ਨੁਕਸਾਨ ਹੁੰਦਾ, ਮਾਲੀ ਵੀ ਨੁਕਸਾਨ ਹੁੰਦਾ, ਅਤੇ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਵੀ ਖਰਾਬ ਹੁੰਦੀ ਆ, ਕਿਉਂਕਿ ਕਿਸੇ ਵੀ ਚੀਜ਼ ਨੂੰ ਅਸੀਂ ਜਿੰਦਾ ਜਲਾਉਂਦੇ ਹਾਂ ਅਤੇ ਉਹਦਾ ਇਹ ਆਪਾਂ ਨੂੰ ਪਤਾ ਹੀ ਆ ਕਿ ਉਹਦਾ ਨੁਕਸਾਨ ਹੀ ਨੁਕਸਾਨ ਹੈ। ਸਰ, ਜਿਹੜੇ ਕਿਸਾਨ ਅੱਗ ਲਗਾ ਰਹੇ ਉਹਨਾਂ ਖਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ, ਕਿਵੇਂ ਸਮਝਾਇਆ ਇਹਨਾਂ ਨੂੰ? ਉਹਨਾਂ ਨੂੰ ਵੇਖੋ, ਜਾ ਕੇ ਅਸੀਂ ਤਾਂ ਸਮਝਾਉਂਦੇ ਹਾਂ ਨਾਲ ਦੀ ਨਾਲ ਹੀ, ਅਤੇ ਅੱਗ ਸਾਡੇ ਅਧਿਕਾਰੀ ਜਾਂਦੇ ਆ ਬੁਝਾਉਂਦੇ ਵੀ ਆ, ਫਾਇਰ ਬ੍ਰਿਗੇਡ ਵੀ ਜੇ ਕਿਤੇ ਜ਼ਿਆਦਾ ਲੱਗ ਜਾਂਦੀ ਹੈ, ਇੱਕ ਦੋ ਘਟਨਾਵਾਂ ਜ਼ਿਲ੍ਹੇ 'ਚ ਹੋਈਆਂ, ਉੱਥੇ ਫਾਇਰ ਬ੍ਰਿਗੇਡ ਵੀ ਨਾਲ ਅਸੀਂ ਲੈ ਕੇ ਗਏ ਹਾਂ। ਅਤੇ ਕਿਸਾਨਾਂ ਨੂੰ ਸਾਡੀ ਇਹੋ ਹੀ ਆ ਅਪੀਲ ਵਾਰ ਵਾਰ ਵੀ ਤੁਸੀਂ ਅੱਗ ਨਾ ਲਾਓ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਉਹਨਾਂ ਦੇ ਖਿਲਾਫ਼ ਕੋਈ ਇਹੋ ਜਿਹਾ ਐਕਸ਼ਨ ਲਈਏ ਕਿ ਜਿਹਦੇ ਨਾਲ ਉਹਨਾਂ ਦਾ ਕੱਲ੍ਹ ਨੂੰ ਕੋਈ ਵਿੱਤੀ ਜਾਂ ਕੋਈ ਜ਼ਮੀਨ ਨੂੰ ਰੈੱਡ ਲਾਈਨ ਕਰਨ ਦਾ ਕੋਈ ਮਤਲਬ ਉਹਨਾਂ ਦਾ ਨੁਕਸਾਨ ਹੋਵੇ। ਅਤੇ ਇਹੋ ਹੀ ਸਾਡੀ ਤਾਂ ਇਹੋ ਹੀ ਸੁਝਾਅ ਆ ਵੀ ਇਹ ਕੰਮ ਤੁਸੀਂ ਨਾ ਕਰੋ, ਅੱਗ ਬਿਲਕੁਲ ਨਾ ਲਾਓ। ਸਰ, ਪਰਾਲੀ ਨੂੰ ਚੁੱਕਣ ਲਈ ਡਿਪਾਰਟਮੈਂਟ ਵੱਲੋਂ ਕੋਈ ਪ੍ਰਯਾਸ ਕੀਤਾ ਜਾ ਰਿਹਾ ਜਾਂ ਕੋਈ ਸਪੈਸ਼ਲ ਕੋਈ ਆਧੁਨਿਕ ਮਸ਼ੀਨਾਂ ਜਿਹੜੀਆਂ ਉਹ ਉਪਲਬਧ ਕਰਵਾਈਆਂ ਗਈਆਂ? ਵੇਖੋ ਜੀ, ਜਿਹੜੀ ਤਾਂ ਹੈਗੀ ਆ ਕਣਕ ਦਾ ਨਾੜ, ਉਹਦੀ ਤਾਂ ਕਿਸਾਨ ਆਪ ਹੀ ਤੂੜੀ ਬਣਾ ਕੇ ਸਾਂਭ ਲੈਂਦੇ ਆ। ਇਸ ਵਾਰ ਤੂੜੀ ਵੀ ਕਾਫੀ ਮਹਿੰਗੀ ਆ, ਉਹਦਾ ਤਾਂ ਕਿਸਾਨਾਂ ਨੂੰ ਕਾਫੀ ਲਾਭ ਹੋਏਗਾ। ਕਣਕ ਦਾ ਝਾੜ ਵੀ ਵਧੀਆ ਆ, ਉਹਦਾ ਵੀ ਲਾਭ ਹੋਏਗਾ। ਜਿੱਥੋਂ ਤੱਕ ਮਸਲਾ ਆ ਗਿਆ ਪਰਾਲੀ ਦਾ, ਪਰਾਲੀ ਦੇ ਅਸੀਂ ਰੇਕ ਅਤੇ ਬੇਲਰ 20 ਬੇਲਰ ਪਿਛਲੇ ਸਾਲ ਜਿਹੜੇ ਕਿਸਾਨਾਂ ਨੂੰ ਲੈ ਕੇ ਦਿੱਤੇ ਸੀ, ਅਤੇ ਇਸ ਸਾਲ ਅਸੀਂ ਹੋਰ ਵੀ ਰੇਕ ਬੇਲਰ ਲੈ ਕੇ ਕਿਸਾਨਾਂ ਨੂੰ ਦੇ ਰਹੇ ਹਾਂ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ, ਸਾਡੇ ਡਾਇਰੈਕਟੋਰੇਟ ਉਹਨਾਂ ਨੂੰ ਅਸੀਂ ਲਿਖਿਆ ਆ ਕਿ ਵੱਧ ਤੋਂ ਵੱਧ ਸਾਡੇ ਜ਼ਿਲ੍ਹੇ ਵਿੱਚ ਤੁਸੀਂ ਇਹ ਰੇਕ ਬੇਲਰ ਦਿਓ ਤਾਂ ਕਿ ਕਿਸਾਨ ਜਿਹੜੇ ਆਪਣੀ ਪਰਾਲੀ ਸਾਂਭ ਕੇ ਅਤੇ ਉਹਨੂੰ ਅੱਗੇ ਵੇਚ ਵੀ ਸਕਣ। ਸਰ, ਇੱਕ ਪਾਣੀ ਨੂੰ ਲੈ ਕੇ ਡਿਪਾਰਟਮੈਂਟ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ, ਕਿਉਂਕਿ ਝੋਨੇ ਦੀ ਫਸਲ ਆ ਰਹੀ ਆ? ਹਾਂਜੀ, ਪਾਣੀ ਦਾ ਵੇਖਿਆ ਗਿਆ, ਸਰਕਾਰ ਵੱਲੋਂ ਅਪੀਲ ਬਹੁਤ ਕੀਤੀ ਜਾਂਦੀ ਹੈ, ਪਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਹੈ। ਵੇਖੋ ਜੀ, ਉਹਦੇ ਵਾਸਤੇ ਅਸੀਂ ਕਿਸਾਨਾਂ ਨੂੰ ਗਾਏ ਬਗਾਏ ਇਹੋ ਹੀ ਕਹਿੰਦੇ ਰਹਿੰਦੇ ਹਾਂ ਕਿ ਕੋਸ਼ਿਸ਼ ਕਰੋ ਸਿੱਧੀ ਬਿਜਾਈ ਕਰੋ। ਸਿੱਧੀ ਬਿਜਾਈ ਦੇ ਨਾਲ ਜਿਹੜਾ ਪਾਣੀ ਦਾ ਉਹ ਖਰਚਾ ਬਹੁਤ ਘੱਟ ਆਉਂਦਾ ਆ, ਪਾਣੀ ਦੀ ਬੱਚਤ ਵੀ ਹੁੰਦੀ ਆ। ਅਤੇ ਸਿੱਧੀ ਬਿਜਾਈ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ, ਲੇਜ਼ਰ ਲੈਵਲ ਅਸੀਂ ਕਾਫੀ ਸਬਸਿਡੀ ਦਿੱਤੇ ਆ। ਲੇਜ਼ਰ ਲੈਵਲ ਦੇ ਨਾਲ ਜ਼ਮੀਨ ਪੱਧਰ ਹੋ ਜਾਂਦੀ ਆ, ਅਤੇ ਉਹਦੇ ਨਾਲ ਪਾਣੀ ਉੱਤੇ ਥੱਲੇ ਨੀਵਾਂ ਵੱਧ ਘੱਟ ਨਹੀਂ ਪੈਂਦਾ, ਉਹਦੇ ਨਾਲ ਵੀ ਕਿਸਾਨਾਂ ਦਾ ਜਿਹੜੇ ਪਾਣੀ ਦੀ ਕਾਫੀ ਬੱਚਤ ਹੁੰਦੀ ਆ। ਅਤੇ ਇਸ ਤੋਂ ਇਲਾਵਾ ਹੋਰ ਵੀ ਅਸੀਂ ਕਿਸਾਨਾਂ ਨੂੰ ਜਿਸ ਤਰ੍ਹਾਂ ਇਸ ਵਾਰ ਸਿੱਧੀ ਬਿਜਾਈ ਦੇ ਸਰਕਾਰ ਨੇ ਫਿਰ 1500 ਰੁਪਈਆ ਜਿਹੜਾ ਉਹਨਾਂ ਨੂੰ ਸਬਸਿਡੀ ਜਾਂ ਸਹਾਇਤਾ ਜਿਹੜੀ ਆ ਉਹ ਦਿੱਤੀ ਆ, ਜਿਹੜੇ ਵੀ ਕਿਸਾਨ ਸਿੱਧੀ ਬਿਜਾਈ ਕਰਨਗੇ ਅਸੀਂ ਉਹਨਾਂ ਦੇ ਖਾਤੇ ਵਿੱਚ ਸਿੱਧੀ DPD ਰਾਹੀਂ 1500 ਰੁਪਈਆ ਉਹਨਾਂ ਦਾ ਪਾਵਾਂਗੇ। ਸਰ, ਕਿਸਾਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ, ਕਿਉਂਕਿ ਇਸ ਸੀਜ਼ਨ ਦੇਖਿਆ ਗਿਆ ਕਿ ਅੱਗ ਲੱਗੀ ਆ ਪਰ ਪਹਿਲਾਂ ਨਾਲੋਂ ਘੱਟ ਲੱਗੀ ਆ, ਹੋਰ ਕੀ ਅਪੀਲ ਕਰਨਾ ਚਾਹੁੰਦੇ ਹੋ? ਵੇਖੋ ਜੀ, ਪਿਛਲੀ ਵਾਰੀ ਇਸ ਜ਼ਿਲ੍ਹੇ ਦੇ ਵਿੱਚ 1127 ਇਹਨਾਂ ਦਿਨਾਂ ਤੱਕ 1127 ਘਟਨਾਵਾਂ ਸੀ, ਇਸ ਸਾਲ ਘੱਟ ਕੇ 770 ਰਹਿ ਗਈਆਂ। ਵੀ ਕੁਛ ਕਿਸਾਨਾਂ ਨੇ ਸਾਡੀ ਇਸ ਗੱਲ 'ਤੇ ਅਸਰ ਕੀਤਾ ਵਾ। ਹੁਣ ਜਿਹੜੀ ਗੱਲ ਆ ਗਈ ਪਾਣੀ ਦੀ, ਮੈਂ ਕਿਸਾਨਾਂ ਨੂੰ ਇਹੋ ਅਪੀਲ ਕਰੂੰਗਾ ਵੀ 16 ਜੂਨ ਤੋਂ ਝੋਨੇ ਦੀ ਜਿਹੜੀ ਬਿਜਾਈ ਉਹ ਸ਼ੁਰੂ ਹੋ ਜਾਣੀ ਆ, ਅਤੇ ਨਹਿਰੀ ਪਾਣੀ ਵੀ ਇਸ ਸਾਲ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਟੇਲ ਤੱਕ ਪਹੁੰਚਾਉਣ ਲਈ ਵਚਨਬੱਧ ਆ, ਅਤੇ ਵੱਧ ਤੋਂ ਵੱਧ ਕਿਸਾਨ ਵੀਰ ਜਿਹੜਾ ਨਹਿਰੀ ਪਾਣੀ ਆ ਆਪਣੇ ਖਾਲੇ ਖਲਵਾ ਕੇ ਜਾਂ ਕਈਆਂ ਨੇ ਕਿਸਾਨਾਂ ਨੇ ਖਾਲ ਵਾਹੇ ਆ ਉਹ ਵੀ ਆਪਣੇ ਛੱਡ ਕੇ ਖਾਲ ਤਿਆਰ ਕਰਕੇ ਅਤੇ ਪਾਣੀ ਟੇਲ ਤੱਕ ਲੈ ਕੇ ਜਾਣ, ਉਹਦੇ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਏਗਾ, ਬਿਜਲੀ ਦੀ ਵੀ ਘੱਟ ਖਪਤ ਹੋਏਗੀ, ਉਹਦੇ ਨਾਲ ਪੂਰੇ ਸੂਬੇ ਨੂੰ ਦੇਸ਼ ਨੂੰ ਇਸ ਗੱਲ ਦਾ ਫਾਇਦਾ ਹੋਏਗਾ।